ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਵੀ ਮਿੱਤਰੋ, ਪਹੁੰਚਿਆ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਏਰੀਆ, ਠੀਕ ਆ, ਅਤੇ ਪਿੰਡ ਆ ਟਾਂਗਰਾ, ਅਤੇ ਇੱਥੇ ਬਾਈ ਹੁਣਾਂ ਦੇ ਰੱਖੇ ਹੋਏ ਕਬੂਤਰ, ਦੋ ਭਰਾ, ਸ਼ਾਇਦ ਦੋ ਫੌਜੀ ਆ, ਦੋ ਕਿ ਇੱਕ ਆ ਫੌਜੀ, ਇੱਕ ਫੌਜੀ ਆ ਬਾਈ, ਅਤੇ ਦੋ ਨੇ ਬਾਹਰ ਨਿਊਜ਼ੀਲੈਂਡ, ਅਤੇ ਕਹਿੰਦਾ ਜਨਾਬ ਦਿਲ ਦਰਿਆ ਰੱਖੇ ਨੇ, ਨੀਤ ਮਾੜੀ ਨਹੀਂ ਰੱਖੀ, ਜਿੱਥੇ ਸਾਨੂੰ ਪਤਾ ਲੱਗ ਜੇ ਬੰਦਾ ਦੋਗਲਾ ਹੈ ਉੱਥੇ ਯਾਰੀ ਨਹੀਂ ਰੱਖੀ। ਬਹੁਤ ਵਧੀਆ ਜਿਹੜਾ ਲਿਖਿਆ ਹੋਇਆ ਬਾਈ ਨੇ। ਅਤੇ ਆਹ ਦੇਖੋ, ਇਕੱਲੇ ਇਕੱਲੇ ਦਰਵਾਜ਼ੇ ਦੇ ਉੱਤੇ ਸਪੈਸ਼ਲ ਜਿਹੜਾ ਪੇਂਟ ਕੀਤਾ, ਅਤੇ ਆਹ ਵੀਰ ਆ ਸਾਡਾ ਜਿਹੜਾ ਇੱਥੇ ਕਬੂਤਰ ਸਾਂਭਦਾ, ਇਹ ਇੱਕ ਛੋਟਾ ਆ ਆਪਣਾ, ਅਤੇ ਇੱਕ ਆਹ ਆ ਭਰਾ ਜਿਹੜੇ ਹੈਗੇ ਨੇ ਲੱਗੇ ਹੋਏ ਨੇ, ਹਲੇ ਕਾਰੀਗਰੀਆਂ ਚੱਲ ਰਹੀਆਂ ਪੂਰੀਆਂ, ਨਵੇਂ ਖੁੱਡੇ ਬਣੇ ਨੇ। ਅਤੇ ਆਹ ਦੇਖੋ, ਮਿਹਨਤ ਮੇਰੀ ਰਹਿਮਤ ਤੇਰੀ, ਐੱਨ ਆਰ ਆਈ ਦਸਾਂਝ ਗਰੁੱਪ ਮਾਝਾ ਅੰਮ੍ਰਿਤਸਰ, ਗੋਪੀ ਸਾਬੋਵਾਲ, ਤੇਜਿੰਦਰ ਸਿੰਘ, ਸੁਖਚੈਨ ਸਿੰਘ, ਗੁਰਜੰਟ ਸਿੰਘ ਅਤੇ ਦਲਜੀਤ ਸਿੰਘ। ਅਤੇ ਇੱਧਰ ਬਾਈ ਨੇ ਇਕੱਲੇ ਇਕੱਲੇ ਦਰਵਾਜ਼ੇ 'ਤੇ ਦੇਖੋ ਵਧੀਆ ਪੇਂਟ ਕਰਾਇਆ, ਅਮਰੀਕ ਫੌਜੀ, ਲੱਖਾ ਫੌਜੀ, ਰਾਮ ਟਾਂਗਰੀ, ਅਤੇ ਆਦਰਸ਼ ਯੂ ਕੇ, ਰਾਜਾ ਯੂ ਐੱਸ ਏ, ਅਤੇ ਜੋਵਨ ਇੰਗਲੈਂਡ, ਨਿਊਜ਼ੀਲੈਂਡ, ਜੋਵਨ ਨਿਊਜ਼ੀਲੈਂਡ। ਇਹ ਬਹੁਤ ਹੀ ਵਧੀਆ ਜਿਹੜਾ ਹੈਗਾ, ਦੇਖੋ ਜਾਲ ਵੀ ਵੀਰ ਦਾ ਬਹੁਤ ਵਧੀਆ ਹੈ, ਅਤੇ ਇੱਕ ਟੱਕੇ ਜਿਹੜੇ ਖੁੱਡੇ ਬਣਾਏ ਨੇ ਇੱਕ ਲਾਈਨ ਦੇ ਵਿੱਚ, ਅਤੇ ਅੰਦਰੋਂ ਵੀ ਤੁਹਾਨੂੰ ਸ਼ੌਂਕ ਕਰਾ ਦਿੰਦੇ ਹਾਂ, ਉਰੇ ਲਾਇਆ ਹੂਟਰ ਸਿਸਟਮ, ਫਿਰ ਤੁਹਾਨੂੰ ਦੱਸ ਦਈਏ ਚੋਰੀ ਨਹੀਂ ਹੁੰਦੀ ਬਾਈ ਕਿਸੇ ਹਾਲ 'ਚ ਵੀ, ਪੂਰੀਆਂ ਖਿੜਕੀਆਂ ਦਰਵਾਜ਼ੇ ਜਿਹੜੇ ਕਵਰ ਕਰ ਦਿੱਤੇ ਨੇ। ਅਤੇ ਆਹ ਹੈ ਬਾਈ ਦੇ ਕਬੂਤਰ, ਫਿਰ ਤੁਹਾਨੂੰ ਇੱਕ ਵਾਰ ਦੱਸ ਦਈਏ, ਆਹ ਨੇ ਕਬੂਤਰ, ਅਤੇ ਕਬੂਤਰ ਬਹੁਤ ਬਹੁਤ ਵਧੀਆ ਨਸਲ ਦੇ। ਅਤੇ ਇਹ ਦੇਖੋ ਇਕੱਲਾ ਇਕੱਲੀ ਇੱਕ ਜਾਲੀ ਟੈਪ ਜਿਹੜੇ ਖਾਨੇ ਬਣਾਏ ਹੋਏ ਆ ਬਾਈ ਨੇ, ਅਤੇ ਇਹਦੇ ਵਿੱਚ ਟੋਕਰੀਆਂ ਲਾਈਆਂ, ਅਤੇ ਟੋਕਰੀਆਂ ਦੇ ਵਿੱਚ ਜਿਹੜੇ ਨਾਰੀਅਲ ਪੈਡ ਲਾਏ ਹੋਏ ਆ, ਕੁਝ ਬੱਚੇ ਪਲੇ ਹੋਏ ਨੇ ਅਤੇ ਕੁਝ ਪਲ ਰਹੇ ਨੇ, ਦੋ ਬੱਚੇ ਆਹ ਦੇਖੋ, ਅਤੇ ਕਈਆਂ ਨੇ ਜਿਹੜੇ ਹੈਗੇ ਆ ਉਹ ਅੰਡੇ ਵੀ ਰੱਖੇ ਨੇ। ਸ਼ੌਂਕ ਜਿਹੜਾ ਹੈਗਾ ਆ ਬਹੁਤ ਹੀ ਵਧੀਆ ਜਿਹੜਾ ਕੀਤਾ ਹੋਇਆ ਬਾਈ ਹੁਣਾਂ ਦਾ, ਆਪਣੀ ਕੋਸ਼ਿਸ਼ ਹੁੰਦੀ ਆ ਬਾਈ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਰਹੀਏ। ਅਤੇ ਪਹੁੰਚੇ ਹੋਏ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਏਰੀਆ, ਫਿਰ ਦੱਸੀਏ ਟਾਂਗਰਾ ਪਿੰਡ ਆ, ਅਤੇ ਇਹ ਨੇ ਜੋੜੀਆਂ ਬਾਈ ਦੀਆਂ, ਇੱਕ ਆ ਟਾਂਕੀ ਕਬੂਤਰੀ ਆ ਕਾਲੀ ਅਤੇ ਚਿੱਟੀ ਅੱਖ ਦੀ, ਜੋੜੇ ਜਿਹੜੇ ਬਾਈ ਹੁਣਾਂ ਨੇ ਇਕੱਲੇ ਇਕੱਲੇ ਲਾ ਕੇ ਜਿਹੜੇ ਇਹਦੇ ਵਿੱਚ ਛੱਡ ਦਿੱਤੇ ਨੇ। ਅਤੇ ਗਾੜੇ ਰੱਤੇ ਵੀ ਕਬੂਤਰ ਹੈਗੇ ਨੇ ਬਾਈ ਹੁਣਾਂ ਦੇ ਕੋਲ, ਲਾਲ ਚੀਨੇ ਰੱਤੇ, ਇੱਕ ਇੱਧਰ ਵਿੱਚ ਬੈਠਾ ਚਿੱਟੀਆਂ ਦਾ। ਇਹ ਸ਼ੌਂਕ ਲਈ ਆ ਵੀਰੇ ਸਿਰਫ ਤੁਹਾਡੇ, ਇਹ ਕੋਈ ਵੀ ਕਬੂਤਰ ਸੇਲ ਨਹੀਂ ਗਾ, ਉਰੇ ਲਾਇਆ ਹੂਟਰ ਸਿਸਟਮ, ਅਤੇ ਮੈਂ ਕਿਹਾ ਭਰਾਵਾਂ ਨੂੰ ਕਰਾ ਦਈਏ ਸ਼ੌਂਕ ਬਾਈ। ਆਹ ਲਓ ਵੀ ਮਿੱਤਰੋ, ਦੇਖੋ ਤੇ ਕਿੱਦਾਂ ਦਾ ਲੱਗਦਾ ਸ਼ੌਂਕ, ਤੇ ਦੱਸਣਾ ਜ਼ਰੂਰ ਮੇਰੇ ਭਰਾ। ਵਿੱਚ ਇਹਦੇ ਜਿਹੜਾ ਵੀਰ ਹੁਣਾਂ ਨੇ ਬੱਚਿਆਂ ਦੇ ਵਾਸਤੇ ਜਿਹੜੀਆਂ ਹੈਗੀਆਂ ਟੋਕਰੀਆਂ ਲਗਾਈਆਂ ਨੇ, ਅਤੇ ਟੋਕਰੀਆਂ ਦੇ ਵਿੱਚ ਜਿਹੜੇ ਨਾਰੀਅਲ ਪੈਡ ਨੇ, ਇਹ ਵਧੀਆ ਸਿਸਟਮ ਆ, ਇਹਦੇ ਵਿੱਚ ਵੀ ਬੱਚੇ ਵਧੀਆ ਪਲਦੇ ਨੇ, ਬਿੱਠਾਂ ਜਿਹੜੀਆਂ ਆ ਪਾਣੀ ਜਿਹੜਾ ਨਾਰੀਅਲ ਪੈਡ ਸੋਖ ਲੈਂਦਾ ਆ ਬਾਈ। ਆਹ ਦੇਖੋ ਇੱਕ ਜੋੜ ਇਹ ਖੱਟੀਆਂ ਦਾ ਪੂਰਾ ਵਧੀਆ, ਨਿਸ਼ਾਨੀਆਂ ਮੋਢਿਆਂ 'ਤੇ ਬਾਈ ਹੁਣਾਂ ਨੇ ਲਾ ਦਿੱਤੀਆਂ ਬਾਈ ਇਹਨਾਂ ਦੇ। ਅਤੇ ਆਹ ਅੰਡੇ ਰੱਖੇ ਨੇ,
ਕੋਸ਼ਿਸ਼ ਇਹੀ ਹੁੰਦੀ ਆ ਬਈ ਜਿੱਥੇ ਜਾਈਏ ਜਾ ਕੇ ਤੁਹਾਨੂੰ ਸ਼ੌਂਕ ਕਰਾਈਏ। ਤੇ ਅੱਜ ਦਾ ਸ਼ੌਂਕ ਵੀ ਪੂਰਾ ਵਧੀਆ ਆ। ਫੌਜੀ ਸਾਹਿਬ ਤੇ ਬਾਈ ਨਿਊਜ਼ੀਲੈਂਡ ਬੈਠੇ ਨੇ, ਕੋਈ ਇੰਗਲੈਂਡ ਬੈਠਾ ਆ ਤੇ ਕੋਈ ਕਿਤੇ ਬੈਠਾ ਬਾਈ। ਆਪਣੇ ਜਿੰਨੇ ਵੀ ਭਰਾ ਨੇ ਰਲ ਮਿਲ ਕੇ ਸ਼ੌਂਕ ਕਰਦੇ ਨੇ। ਅੱਜ ਕੱਲ੍ਹ ਕਬੂਤਰ ਬਾਈ ਦਾ ਸ਼ੌਂਕ ਆ ਜਿਹੜਾ ਇਹ ਸਿਖਰਾਂ ਤੇ ਪਹੁੰਚ ਚੁੱਕਾ। ਤੇ ਆਹ ਲਓ ਬਾਈ ਇੱਕ ਇਹਦੇ 'ਚ ਆ ਸ਼ਾਹ ਅੱਸੀ ਬਰੀਡ ਦੇ ਵਿੱਚੋਂ, ਪੂਰਾ ਵਧੀਆ ਆ। ਤੇ ਆਹ ਮਿੱਤਰੋ ਫਿਰ ਤੁਹਾਨੂੰ ਸ਼ੌਂਕ ਕਰਾ ਦਈਏ ਕਬੂਤਰਾਂ ਦਾ। ਇਹਨਾਂ ਦੇ ਵਜੂਦ ਦੇਖੋ ਤੁਸੀਂ, ਕਬੂਤਰਾਂ ਦੇ ਬਹੁਤ ਹੀ ਵੱਡੇ ਵੱਡੇ ਤੇ ਬਹੁਤ ਹੀ ਚੰਗੇ ਕਬੂਤਰ ਨੇ, ਕੱਦ ਕਾਠ ਵੀ ਬਹੁਤ ਸੋਹਣੇ ਨੇ। ਤੇ ਇੱਕ ਆਹ ਦੇਖੋ ਇਹਦੇ ਵਿੱਚ ਚਿੱਟੀਆਂ ਅੱਖਾਂ ਦਾ ਇਹ ਕਬੂਤਰੀ ਆ, ਇਹ ਅੜਾਈ ਹੋਈ ਲੱਗਦੀ ਆ। ਇਹਦੇ ਟੂਸੇ ਹਰੇ ਕੀਤੇ ਹੋਏ ਆ, ਝਾੜ ਕੇ ਨਵੇਂ ਪਰ ਇਹਦੇ ਆ ਰਹੇ ਨੇ ਜੀ, ਠੀਕ ਹੈ ਜੀ। ਤੇ ਆਹ ਦੇਖੋ ਇੱਕ ਕਬੂਤਰੀ ਇਹਦੇ 'ਚ ਵੀ ਬੈਠੀ ਆ, ਇਹ ਚਿੱਟੀਆਂ ਅੱਖਾਂ ਦੀ ਆ, ਟੌਰੀ ਇਹਦੀ ਕੀਤੀ ਹੋਈ ਆ। ਇੱਕ ਦੇਖੋ ਆਹ ਰੱਤੀ ਵਜੂਦ ਦੇਖੋ ਕਬੂਤਰੀ ਦਾ, ਬਹੁਤ ਹੀ ਚੰਗੀ ਵਧੀਆ ਸ਼ਾਨਦਾਰ ਕਬੂਤਰੀ ਆ ਬਈ। ਤੇ ਚੱਲਦੇ ਹਾਂ ਮਿੱਤਰੋ ਅਗਲੇ ਖੁੱਡੇ ਦੇ ਵਿੱਚ, ਤੁਹਾਨੂੰ ਕਰਾਈਏ ਸ਼ੌਂਕ। ਅੰਮ੍ਰਿਤਸਰ ਸਾਹਿਬ ਦਾ ਏਰੀਆ ਫਿਰ ਦੱਸਦੀ ਆ, ਟਾਂਗਰਾ ਹੀ ਪਿੰਡ ਆ ਨਾ ਬਾਈ, ਟਾਂਗਰਾ ਪਿੰਡ ਆ ਬਈ। ਤੇ ਭਰਾਵਾਂ ਦਾ ਕੀਤਾ ਹੋਇਆ ਸ਼ੌਂਕ। ਇੱਕ ਚੀਜ਼ ਹੋਰ ਦੇਖੋ ਤੇ ਉੱਪਰ ਜਿਹੜਾ ਹੈਗਾ ਆ ਲੋਹੇ ਦੀਆਂ ਪੱਤੀਆਂ ਤੇ ਇਹਦੇ ਉੱਪਰ ਪਾਈ ਆ ਟੈਲ, ਸਫਾਈ ਬਹੁਤ ਜ਼ਿਆਦਾ ਆਈ ਹੋਈ ਆ ਇਹਦੀ। ਤੇ ਖੁੱਡੇ ਪੂਰੇ ਠੰਡੇ ਨੇ, ਸਿਸਟਮ ਜਿਹੜਾ ਵੀਰ ਹੁਣਾਂ ਨੇ ਬਹੁਤ ਵਧੀਆ ਕੀਤਾ। ਤੇ ਕਬੂਤਰ ਵੀ ਬੜੇ ਨਸਲੀ ਨਸਲੀ ਨੇ ਬਾਈ ਹੁਣਾਂ ਦੇ ਕੋਲ। ਅਜੇ ਤੱਕ ਖਾਨੇ ਜਿਹੜੇ ਹੈਗੇ ਆ ਬਾਈ ਹੁਣੀ ਕਰ ਰਹੇ ਨੇ ਤਿਆਰ। ਤੇ ਮੈਂ ਕਿਹਾ ਆਪਾਂ ਸ਼ੌਂਕ ਜਿਹੜਾ ਕਰਾ ਚੱਲਦੇ ਹਾਂ, ਆਏ ਹਾਂ ਤਾਂ ਹੂਟਰ ਸਿਸਟਮ ਬਾਈ ਆਪਾਂ ਲਾ ਦਿੱਤਾ, ਚੋਰੀ ਨਹੀਂ ਹੁੰਦੀ। ਆਪਾਂ ਹਰ ਵੀਡੀਓ ਦੇ ਵਿੱਚ ਇਹ ਗੱਲ ਦੱਸਦੇ ਰਹਿੰਦੇ ਹਾਂ ਕਿ ਬਾਈ ਕਬੂਤਰ ਜਿਹੜੇ ਇੰਨੀ ਮਹਿੰਗੇ ਮਹਿੰਗੇ ਆਪਾਂ ਤਿਆਰ ਕਰਦੇ ਹਾਂ, ਇਹਨਾਂ ਦੀ ਸਾਂਭ ਸੰਭਾਲ ਵੀ ਜ਼ਰੂਰੀ ਆ, ਰੱਖ ਰਖਾਵ ਵੀ ਜ਼ਰੂਰੀ ਆ। ਅਤੇ ਚੋਰ ਜਿਹੜੇ ਮਿੰਟਾਂ 'ਚ ਕੱਢ ਕੇ ਲੈ ਜਾਂਦੇ ਆ, ਅਤੇ ਛਿੱਤਰ ਪਰੇਡ ਹੁੰਦੀ ਵੀ ਬੜੀ ਆ ਬਾਈ ਜਿਹੜਾ ਕੋਈ ਫੜਿਆ ਜਾਂਦਾ ਜਿੱਥੇ ਕਿਤੇ, ਠੀਕ ਹੈ ਨਾ। ਅਤੇ ਪਰ ਜਿਹੜੇ ਮਾੜੀ ਨੀਤ ਦੇ ਆ ਉਹ ਨਹੀਂ ਹਟਦੇ ਚੋਰੀ ਕਰਨ। ਇੱਕ ਵਾਰ ਪਿੱਛੇ ਤੁਹਾਨੂੰ ਦੱਸਿਆ ਸੀ ਇੱਕ ਨੇ ਜਿਹੜਾ ਹੈਗਾ ਸੀ 15-16 ਫੁੱਟ ਉੱਚੀ ਜਿਹੜੀ ਆ ਛਾਲ ਮਾਰ ਦਿੱਤੀ ਸੀ ਬਾਈ ਉੱਪਰੋਂ ਛੱਤ ਦਿਓ, ਅਤੇ ਬਹੁਤ ਕਹਿਣ ਦਾ ਮਤਲਬ ਨਿਡਰ ਹੋ ਕੇ ਆਉਂਦੇ ਆ। ਅਤੇ ਕੁਝ ਪਤਾ ਵੀ ਲੱਗ ਗਿਆ ਸੀ ਜਦੋਂ ਕਿਤੇ ਉਹ ਪੰਜਾਬ ਆ ਗਏ ਨਾ, ਇੱਕ ਫੜੇ ਗਏ ਸੀ ਕਿਸੇ ਬੰਦੇ, ਫੋਟੋਆਂ ਉਹਨਾਂ ਦੀਆਂ ਆ ਗਈਆਂ ਸੀ, ਵਾਇਰਲ ਹੋ ਗਈਆਂ ਸੀ। ਅਤੇ ਉਹ ਜਦੋਂ ਕਿਤੇ ਪੰਜਾਬ ਆ ਗਏ ਉਹ ਜਾਂਦੇ ਨਹੀਂ ਬਾਈ ਇੱਥੋਂ ਵਾਪਸ, ਹੈਗੇ ਸੀ ਬੰਦੇ, ਉਹਨਾਂ ਦੀਆਂ ਫੋਟੋਆਂ ਕਾਫੀ ਭਰਾਵਾਂ ਦੇ ਕੋਲ ਪਈਆਂ ਹੋਈਆਂ ਆ। ਅਤੇ ਆਪਾਂ ਓਪਨ ਨਹੀਂ ਕਰਨਾ ਵੀ ਉਹ ਕੌਣ ਬੰਦੇ ਸੀ, ਕਿਉਂਕਿ ਜੇ ਓਪਨ ਕਰਤੇ ਉਹਨਾਂ ਤੱਕ ਪਹੁੰਚ ਜਾਣਾ ਆ, ਉਹ ਪਤਾ ਲੱਗ ਜਾਂਦਾ ਬਾਈ। ਐਂ ਦੇਖੋ ਬਾਈ ਇੱਕ ਕਬੂਤਰੀ, ਤੋਤੀਆ ਪੈਰਟ ਰੰਗ ਲੱਗਾ ਹੋਇਆ ਇਹਨੂੰ, ਕਬੂਤਰੀ ਦਾ ਵਜੂਦ ਬਹੁਤ ਸੋਹਣਾ, ਇੱਕੋ ਜਿਹੀਆਂ ਨੀਲੀ ਦੇ ਨਾਲ ਬੈਠੀ ਆ ਬਈ, ਅੱਖ 'ਚ ਤੀਰ ਜਿਹਾ ਬਣਦਾ ਆ ਤੇ ਪੈਰਟ ਹੀ ਰੰਗ ਆ ਉਹਨੂੰ ਕਬੂਤਰੀ ਨੂੰ, ਚੰਗੀ ਕਬੂਤਰੀ ਆ ਪੂਰੀ ਵਧੀਆ। ਇਹਦੇ ਵਿੱਚ ਜ਼ਿਆਦਾ ਜਿਹੜੇ ਪੱਠੇ ਪੱਠੀਆਂ ਜਿਹੇ ਲੱਗਦੇ ਆ ਝਾੜੇ ਦੇ ਵਿੱਚ ਆ ਕਬੂਤਰ ਜਾਂ। ਅਤੇ ਚੱਲਦੇ ਹਾਂ ਮਿੱਤਰੋ ਅਗਲੇ ਖੁੱਡੇ ਦੇ ਵਿੱਚ, ਇੱਕ ਆਹ ਮੌਜਾ ਦੇਖ ਲਓ ਇਹਦੇ ਵਿੱਚ ਕਬੂਤਰੀ ਲੱਗਦੀ ਆ,
ਇਹ ਦੇਖੋ ਛੱਡੀਆਂ ਅੱਖਾਂ ਨੇ ਇਹਦੀਆਂ, ਪੂਛੇ ਦੀ ਜਿਹੜੀ ਉਹ ਕਾਲੀ ਆ। ਤੇ ਇੱਧਰ ਚੱਲਦੇ ਬਈ ਚੌਥੇ ਖੁੱਡੇ ਦੇ ਵਿੱਚ, ਇਹਦਾ ਵੀ ਤੁਹਾਨੂੰ ਕਰਾ ਦਿੰਦੇ ਹਾਂ ਸ਼ੌਂਕ। ਆਹ ਲਓ ਵੀ ਮਿੱਤਰੋ, ਇਹਦੇ ਕਬੂਤਰਾਂ ਦਾ ਕਰੋ ਸ਼ੌਂਕ। ਆਹ ਇੱਕ ਵਿੱਚ ਰੱਤਾ ਡੱਬਾ ਵੀ ਹੈਗਾ ਆ, ਅਤੇ ਨਾਲ ਬੈਠਾ ਚਿੱਟੀਆਂ ਦਾ ਲਾਲ ਪੂਛ ਪੂਰੀ ਕੀਤੀ ਹੋਈ ਹੈ ਇਹਦੀ। ਆਹ ਕਾਲੀ ਟੋਰੀ ਕੀਤੀ ਹੈ ਸ਼ਾਹ ਅੱਖਿਆਂ ਚੋਂ। ਇਹ ਸਿਰਫ ਕਬੂਤਰ ਜਿਹੜੇ ਤੁਸੀਂ ਦੇਖ ਰਹੇ ਹੋ ਤੁਹਾਡੇ ਸ਼ੌਂਕ ਦੇ ਲਈ ਆ ਮਿੱਤਰੋ, ਸੇਲ ਕੋਈ ਨਹੀਂ ਹੈਗਾ। ਹਰ ਭਰਾ ਦੇ ਕੋਲ ਦੇਖੀਏ ਪੰਜਾਬ ਦੇ ਵਿੱਚ ਕਿਤੇ ਵੀ ਇਹ ਨਸਲਾਂ ਜਿਹੜੀਆਂ ਹੈਗੀਆਂ ਇੱਕ ਤੋਂ ਇੱਕ ਪਈਆਂ ਨੇ। ਬਾਈ ਹੁਣੀ ਤਿੰਨ ਭਰਾ ਨੇ ਅਤੇ ਨਾਲ ਕਈ ਯਾਰ ਦੋਸਤ ਵੀ ਨੇ ਜਿਹੜੇ ਸ਼ੌਂਕ ਕਰਦੇ ਨੇ ਬਾਈ। ਪੂਰਾ ਵਧੀਆ ਜਿਹੜਾ ਹੈਗਾ ਸ਼ੌਂਕ ਆ ਇਸ ਛੱਤ ਦਾ ਵੀ। ਅਤੇ ਆਪਣਾ ਚੈਨਲ ਬਾਈ ਸਬਸਕ੍ਰਾਈਬ ਕਰ ਲਓ, ਤੁਹਾਨੂੰ ਵਧੀਆ ਤੋਂ ਵਧੀਆ ਸ਼ੌਂਕ ਕਰਾਵਾਂਗੇ ਪੰਜਾਬ ਦੇ ਉਹਨਾਂ ਸਾਰੇ ਕਬੂਤਰਾਂ ਦਾ ਜਿੱਥੇ ਜਿੱਥੇ ਆਪਾਂ ਪਹੁੰਚਾਂਗੇ। ਕੱਲ੍ਹ ਨੂੰ ਜਿਹੜਾ ਹੈਗਾ ਨਵੀਂ ਥਾਂ 'ਤੇ ਜਾ ਰਹੇ ਹਾਂ, ਉੱਥੇ ਪਹੁੰਚ ਕੇ ਵੀ ਤੁਹਾਨੂੰ ਆਪਾਂ ਸ਼ੌਂਕ ਬਾਈ ਕਰਾਵਾਂਗੇ। ਅਤੇ ਇਹ ਹੈਗੇ ਆ ਫੌਜੀ ਸਾਹਿਬ ਦੇ ਕਬੂਤਰ ਅਤੇ ਨਿਊਜ਼ੀਲੈਂਡ ਵਾਲੇ ਭਰਾਵਾਂ ਦੇ, ਅਤੇ ਦੋ ਹੈ ਥੱਲੇ ਵੀ ਬੈਠੇ ਨੇ ਇੱਕ। ਆਹ ਦੇਖੋ ਇਹਦੀ ਜਿਹੜੀ ਆ ਤੋਤੀਆ ਦੇ ਵਿੱਚ ਪੀਲੀ ਪੀਲੀ ਟੋਰੀ ਜਿਹੀ ਆ, ਅੱਖਾਂ ਚਿੱਟੀਆਂ ਨੇ ਇਸ ਕਬੂਤਰ ਦੀਆਂ, ਅਤੇ ਬਹੁਤ ਹੀ ਸ਼ਾਨਦਾਰ ਕਬੂਤਰ ਹੈ ਜੀ। ਇਹ ਇਹਦਾ ਬੱਚਾ? ਠੀਕ ਆ ਠੀਕ ਆ। ਇਹ ਜਿਹੜਾ ਐ ਲਓ ਵੀ ਮਿੱਤਰੋ, ਅਤੇ ਇਹ ਬਾਈ ਹੁਣਾਂ ਨੇ ਵਿੱਚ ਪਿੰਜਰੇ ਛਤਰੀਆਂ ਲਾਈਆਂ ਹੋਈਆਂ ਨੇ, ਠੀਕ ਹੈ ਜੀ। ਅਤੇ ਜਾਲ ਬਹੁਤ ਵੱਡਾ, ਚੰਗਾ ਮਜ਼ਬੂਤ ਆ ਸਾਰਾ ਕੁਛ, ਅਤੇ ਜਿੰਨੀਆਂ ਖਿੜਕੀਆਂ ਦਰਵਾਜ਼ੇ ਸਾਰੇ ਕਵਰ ਕੀਤੇ ਨੇ ਤਾਂ ਜੋ ਚੋਰੀ ਨਾ ਹੋ ਸਕੇ। ਅਤੇ ਬਾਕੀ ਕਿੱਦਾਂ ਦਾ ਲੱਗਾ ਸ਼ੌਂਕ ਵੀਰ ਦਾ ਜ਼ਰੂਰ ਦੱਸਿਓ, ਅਤੇ ਨਵੀਂ ਵੀਡੀਓ ਬਹੁਤ ਛੇਤੀ ਲੈ ਕੇ ਆਵਾਂਗੇ। ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਧੰਨਵਾਦ, ਸ਼ੁਕਰੀਆ, ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।